ਸ੍ਰੀ ਗਾਲ ਆਈ ਵੈਲਕਮ ਯੂ ਆਲ ਟੂ ਆਰ ਸ਼ੋ ਟੋਰ ਤਰੀਕੇ ਤੇ ਅੱਜ ਸਾਡੇ ਨਾਲ ਨੇ 사વન ਰੂਪਾਵਲੀ ਹਾਈ 사વન ਸਸ਼ੀਗਾਲ ਜੀ ਕਿਵੇਂ ਹੋ ਮੈਂ ਬਾਤ ਕਰਦੀ ਆ ਥਿਸ ਇਜ਼ ਅ ਸੋ ਮੈਂ ਬਹੁਤ ਵਧੀਆ ਤੇ ਅੱਜ ਆਪਾਂ ਗੱਲਬਾਤ ਕਰਨੀ ਹੈ ਤੁਹਾਡੇ ਲਾਈਫ ਸਟਾਈਲ ਨਾਲ ਜੁੜੀਆਂ ਕੁਝ ਐਸੀਆਂ ਗੱਲਾਂ ਤੇ ਜਿਹਦੇ ਬਾਰੇ ਤੁਹਾਡੇ ਫੈਨਸ ਜਿਨੇ ਉਹ ਜਾਨਣਾ ਚਾਹੁੰਦੇ ਨੇ ਸੋ ਆਈਲ ਸਟਾਰਟ ਵਿਦ ਯੋਰ ਸਕਿਨ ਕੇਅਰ ਓਕੇ ਪਹਿਲਾ ਤਾਂ ਮੈਨੂੰ ਦੱਸੋ ਕਿ ਤੁਹਾਡਾ ਸਕਿਨ ਕੇਅਰ ਰੂਟੀਨ ਕੀ ਹੈ ਆ ਐਕਚੁਅਲੀ ਸਕਿਨ ਕੇਅਰ ਰੂਟੀਨ ਬਹੁਤ ਜ਼ਿਆਦਾ ਕੁਝ ਸਪੈਸ਼ਲ ਨਹੀਂ ਆ ਮਤਲਬ ਮੇਰੇ ਸਕਿਨ ਥੈਰੇਪਿਸਟ ਨੇ ਰੂਬੀ ਸੈਨੀ ਉਹਨਾਂ ਦਾ ਨਾਮ ਆ ਸੋ ਉਹ ਅਗਰ ਮੈਨੂੰ ਕੋਈ ਵੀ ਉਹਨਾਂ ਨੂੰ ਇਦਾਂ ਲੱਗਦਾ ਕਿ ਕਦੇ ਪਿੰਪਲ ਹੋ ਗਿਆ ਹੈ ਸਾਵਨ ਦੇ ਜਾਂ ਕੁਝ ਐਕਨੇ ਵੈਸੇ ਐਕਨੇ ਪ੍ਰੋਬਲਮ ਤਾਂ ਮੈਨੂੰ ਨਹੀਂ ਹੈ ਕੁਝ ਅਨੀਵਨ ਸਕਿਨ ਹੋ ਜਾਂਦੀ ਹੈ ਜਦੋਂ ਆਪਾਂ ਸ਼ੂਟ ਕਰਦੇ ਆ ਨਾ ਤੇ ਉਸ ਟਾਈਮ ਤੇ ਇਦਾਂ ਹੋ ਜਾਂਦਾ ਕਿ ਤੁਸੀਂ ਸਕਿਨ ਬਰਨ ਹੋ ਜਾਂਦੀ ਆ ਸੋ ਫਿਰ ਉਹ ਮੇਰਾ ਬਹੁਤ ਜ਼ਿਆਦਾ ਕੇਅਰ ਕਰਦੇ ਆ ਸੋ ਮੈਨੂੰ ਕਹਿ ਦਿੰਦੇ ਕਿ ਤੁਸੀਂ ਜਲਦੀ ਜਲਦੀ ਆ ਆਜਾ ਮੇਰੇ ਕੋਲੇ ਤੇ ਐਸੀ ਇਹ ਇਸ ਪਿੰਪਲ ਨੂੰ ਹਟਾ ਦਈਏ ਯਾ ਇਸ ਅਨੀਵਨ ਸਕਿਨ ਨੂੰ ਥੋੜਾ ਠੀਕ ਕਰ ਲਈਏ ਠੀਕ ਹੈ ਤੇ ਕਿਹੜੇ ਕਿਹੜੇ ਟ੍ਰੀਟਮੈਂਟਸ ਤੁਸੀਂ ਲੈਣਾ ਪ੍ਰਿਫਰ ਕਰਦੇ ਹੋ ਆਪਣੀ ਸਕਿਨ ਨੂੰ ਵਧੀਆ ਰੱਖਣ ਦੇ ਲਈ ਐਕਚੁਅਲੀ ਉਹ ਨਾ ਮੇਰੇ ਕੁਝ ਲੇਜ਼ਰ ਅ ਟ੍ਰੀਟਮੈਂਟਸ ਹੁੰਦੇ ਨੇ ਹਨਾ ਕਿ ਕੁਝ ਉਹਨਾਂ ਦੇ ਆਈ ਡੋਨਟ ਨੋ ਮੈਂ ਇਨਾ ਜ਼ਿਆਦਾ ਡੀਪਲੀ ਉਸ ਚੀਜ਼ ਨਾਲ ਜਾਣਦੀ ਨਹੀਂ ਕਿਉਂਕਿ ਮੈਂ ਉਹਨਾਂ ਤੇ ਟਰਸਟ ਬਹੁਤ ਜ਼ਿਆਦਾ ਕਰਦੀ ਆ ਸੋ ਉਹ ਕੁਝ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਨਾਲ ਤੁਹਾਡਾ ਹਾਈਡਰੇਟ ਹੁੰਦੀ ਹੈ ਤੁਹਾਡੀ ਸਕਿਨ ਅੰਦਰੋਂ ਸੋ ਉਹ ਹਾਈਡਰੇਟ ਹੋਣ ਦੇ ਨਾਲ ਤੁਹਾਡੀ ਸਕਿਨ ਜਿਆਦਾ ਆ ਕਲੀਨ ਐਂਡ 글로 ਗਾਰਦੀਆ ਠੀਕ ਹੈ ওকে ਐਂਡ ਕਿਹੜੀ ਹੋਮ ਰੈਮਡੀਜ਼ ਜੋ ਹੈ ਤੁਸੀਂ ਲਾਣਾ ਪ੍ਰੇਫਰ ਕਰਦੇ ਹੋ ਐਕਚੁਅਲੀ ਮੈਂ ਹੋਮ ਰੈਮਡੀਜ਼ ਵੱਲ ਜ਼ਿਆਦਾ ਬਿਲੀਵ ਰੱਖਦੀ ਆ ਯਾ ਸੋ ਮੈਨੂੰ ਅਗਰ ਕੁਝ ਵੀ ਇਦਾਂ ਲੱਗਦਾ ਹੈ ਤੇ ਫਿਰ ਮੈਂ ਲਾਈਕ ਜਿਦਾ ਆਪਾਂ ਟਮਾਟਰ ਦੇ ਵਿੱਚ ਚੀਨੀ ਮਿਕਸ ਕਰਕੇ ਉਹਦੀ ਸਕਰਬਿੰਗ ਕਰ ਲੈਂਦੀ ਆ ਸੋ ਆ ਜਾਂ ਮੈਂ ਕਈ ਕਈ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਆਈਸਿੰਗ ਕਰ ਲੈਨੀ ਆ ਮੈਨੂੰ ਇਹ ਫੀਲ ਹੁੰਦਾ ਹੈ ਕਿ ਅਗਰ ਮੇਰੀ ਸਕਿਨ ਚ ਕੋਈ ਪ੍ਰੋਬਲਮ ਮੈਨੂੰ ਫੀਲ ਹੋ ਰਹੀ ਹੈ ਸੋ ਤੁਸੀਂ ਉਹ ਕਿਸੇ ਕੱਪੜੇ ਦੇ ਨਾਲ ਉਹਨੂੰ ਯੂਜ਼ ਕਰੋ ਆਈਸਿੰਗ ਨੂੰ ਡਾਇਰੈਕਟ ਅਪਲਾਈ ਕਰਾਂਗੇ ਤੇ ਉਹ ਰੈਡਨੈਸ ਆ ਜਾਏਗੀ ਸੋ ਮੈਂ ਉਹ ਕਈ ਵਾਰ ਕਰ ਲੈਣੀ ਆਇਆ ਆਮ ਬੀਇੰਗ ਐਕਟ੍ਰੀਸ ਸ਼ੂਟਸ ਹੁੰਦੇ ਨੇ ਇੰਟਰਵਿਊਜ਼ ਹੁੰਦੀਆਂ ਨੇ ਮੇਕਅਪ ਇੱਕ ਉਹ ਚੀਜ਼ ਹੈ ਜੋ ਹਰ ਵੇਲੇ ਕੈਰੀ ਕਰਨਾ ਹੀ ਪੈਂਦਾ ਹੈ ਐਂਡ ਉਹਦੇ ਨਾਲ ਸਕਿਨ ਕਿਤੇ ਨਾ ਕਿਤੇ ਖਰਾਬ ਤਾਂ ਹੁੰਦੀ ਹੈ ਫਿਰ ਉਹ ਉਸ ਕਰਕੇ ਤੁਸੀਂ ਕਿਵੇਂ ਧਿਆਨ ਰੱਖਦੇ ਹੋ ਆਪਣੀ ਸਕਿਨ ਦਾ ਐਕਚੁਅਲੀ ਮੈਂ ਆਪਣੀ ਸਕਿਨ ਤੇ ਮੇਕਅਪ ਹੀ ਬਹੁਤ ਘੱਟ ਅਪਲਾਈ ਕਰਦੀ ਆ ਮੈਨੂੰ ਬਹੁਤ ਜ਼ਿਆਦਾ ਲੇਅਰਸ ਜਾਂ ਬਹੁਤ ਜ਼ਿਆਦਾ ਮੇਕਅਪ ਕਰਨਾ ਪਸੰਦ ਨਹੀਂ ਆ ਤੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਮੇਕਅਪ ਉਦੋਂ ਲੋਡ ਹੁੰਦੀ ਹੈ ਜਦੋਂ ਤੁਹਾਨੂੰ ਕਿਤੇ ਨਾ ਕਿਤੇ ਕਵਰੇਜ ਦੀ ਲੋਡ ਹੁੰਦੀ ਹੈ ਸੋ ਆਈ ਪ੍ਰੀਫਰ ਨੈਸਨਲੀ ਕਿ ਤੁਸੀਂ ਮੇਕਅਪ ਬਹੁਤ ਘੱਟ ਯੂਜ਼ ਕਰੋ ਯੂਜ਼ ਕਰੋ ਔਰ ਆਪਣੀ ਜਿਹੜੀ ਤੁਹਾਡੀ ਸਕਿਨ ਆ ਤੁਹਾਡੀ ਸਕਿਨ ਜਿਹੜੀ ਆ ਉਹ ਦਿਖੇ ਓਕੇ ਇੱਕ ਗਲਤੀ ਜੋ ਤੁਸੀਂ ਲੋਕਾਂ ਚ ਅਕਸਰ ਨੋਟਿਸ ਕਰਦੇ ਹੋ ਆਪਣੀ ਸਕਿਨ ਕੇਅਰ ਦਾ ਧਿਆਨ ਨਾ ਰੱਖਦੇ ਹੋਏ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਆਪਾਂ ਕਈ ਵਾਰੀ ਇਹਨੂੰ ਨਾ ਇਹ ਪਤਾ ਹੁੰਦਾ ਕਿ ਉਹਨਾਂ ਦੀ ਆਇਲੀ ਸਕਿਨ ਨਾ ਮਤਲਬ ਅਸੀਂ ਨਾ ਫਿਰ ਸਾਨੂੰ ਡਾਈਟ ਦੇ ਵਿੱਚ ਨਾ ਆਇਲ ਕਿਤੇ ਨਾ ਕਿਤੇ ਜਿਹੜਾ ਆ ਉਹ ਘੱਟ ਖਾਣਾ ਚਾਹੀਦਾ ਮੈਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਜੇ ਤੁਸੀਂ ਡਾਈਟ ਦੇ ਵਿੱਚ ਬਹੁਤ ਜ਼ਿਆਦਾ ਆਇਲ ਖਾਂਦੇ ਹੋ ਜਦੋਂ ਤੁਹਾਨੂੰ ਪਤਾ ਵੀ ਹੈ ਕਿ ਤੁਹਾਡੀ ਆਇਲੀ ਸਕਿਨ ਹੈ ਸੋ ਤੁਹਾਡੇ ਪਿੰਪਲਸ ਫੇਸ ਤੇ ਬਹੁਤ ਜ਼ਿਆਦਾ ਹੋਣ ਲੱਗ ਜਾਂਦੇ ਨੇ ਸੋ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਥੋੜਾ ਜਿਹਾ ਆਪਣੀ ਡਾਈਟ ਵੱਲ ਜੋ ਤੁਸੀਂ ਖਾਂਦੇ ਹੋ ਉਹਦੇ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜੇ ਅਸੀਂ ਫਰੈਸ਼ ਜੂਸ ਪੀਵਾਂਗੇ ਅਸੀਂ ਆਫ ਫਰੂਟਸ ਖਾਵਾਂਗੇ ਸੋ ਉਹਦੇ ਨਾਲ ਹੀ ਦੀ ਸਕਿਨ ਅੰਦਰੋਂ ਉਹ ਕਲੀਨ ਹੁੰਦੀ ਜਾਏਗੀ ਔਰ ਡੀਟੌਕਸ ਹੁੰਦੀ ਜਾਏਗੀ ਜਿਵੇਂ ਆਪਾਂ ਤੁਸੀਂ ਦੱਸਿਆ ਕਿ ਖਾਣਾ ਬਹੁਤ ਇੰਪੋਰਟੈਂਟ ਹੈ skin ਨੂੰ ਵਧੀਆ ਰੱਖਣ ਦੇ ਲਈ ਬਟ ਜਦੋਂ ਤੁਸੀਂ ਸ਼ੂਟਤੇ ਹੋ ਹੁੰਦੇ ਹੋ ਤਾਂ ਫਿਰ ਕਿਵੇਂ ਧਿਆਨ ਰੱਖਦੇ ਹੋ ਆਪਣੇ ਖਾਣੇ ਦਾ ਮੇਰੀ ਟੀਮ ਰੱਖਦੀ ਆਈ ਹੈਮ ਮਾਈ ਸਾਹਿਬ ਸੋ ਉਹ ਮੇਰੀ ਟੇਕ ਕੇਅਰ ਕਰਦਾ ਹੈ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਹੁਣ ਵੀ ਐਕਚੁਅਲੀ ਆਪਾਂ ਬੈਠੇ ਸੀਗੇ ਮੈਮ ਤੁਸੀਂ ਦੱਸ ਦੋ ਮੈਨੂੰ ਮੈਂ ਕੀ ਆਰਡਰ ਕਰਨਾ ਹੈ ਕਿ ਕੀ ਖਾਣਾ ਹੈ ਸੋ ਹੁਣ ਉਹ ਹਮੇਸ਼ਾ ਹੁੰਦਾ ਹੈ ਕਿ ਮੈਮ ਨੇ ਕੀ ਖਾਣਾ ਹੈ ਮੈਂ ਉਸ ਚੀਜ਼ ਦਾ ਧਿਆਨ ਰੱਖਾਂ ਕਿਉਂਕਿ ਮੈਮ शूट ਚ ਬਿਜ਼ੀ ਹੁੰਦੇ ਆ ਸੋ ਉਹਨਾਂ ਮੈਂ ਵੀ ਭੁੱਲ ਜਾਂਨੀ ਐ ਐਕਚੁਅਲੀ ਕਿ ਮੈਂ ਹੁਣ ਕੁਝ ਖਾ ਵੀ ਲਵਾਂ ਸੋ ਨਾਲ-ਨਾਲ ਮੇਰੇ ਫਰੂਟਸ ਐਂਡ ਆਲ ਉਹ ਸਭ ਕੁਝ ਨਾਲ-ਨਾਲ ਆ ਹੀ ਜਾਂਦਾ ਹੈ ਠੀਕ ਹੈ ਤੇ ਹੁਣ ਗੱਲ ਕਰਦੇ ਆ ਤੁਹਾਡੀ ਫਿਟਨੈਸ ਦੀ ਐਂਡ ਤੁਸੀਂ ਬਹੁਤ weight reduce ਕੀਤਾ ਹੈ ਮੈਨੂੰ ਲੱਗ ਰਿਹਾ ਹੈ ਤਾਂ ਲੱਗ ਰਿਹਾ ਹੈ ਨਾ ਹਾਂ ओके ਸੋ ਕੋਸ਼ਿਸ਼ ਤਾਂ ਕੀਤੀ ਹੈ ਕਿ ਥੋੜਾ ਜਿਹਾ ਉਸ ਚੀਜ਼ ਨੂੰ ਆਪਾਂ ਕੰਟਰੋਲ ਕਰ ਲਈਏ ਸੋ ਮੇਰੀ ਟੀਮ ਨੇ ਸਾਥ ਦਿੱਤਾ ਹੈ ਆਈ ਹੈਵ ਮਾਈ ਡਾਈਟੀਸ਼ਨ ਆਈ ਹੈਵ ਮਾਈ ਟ੍ਰੇਨਰ ਸੋ ਉਹਨਾਂ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿਉਂਕਿ ਮੈਂ ਬਹੁਤ ਜਲਦੀ ਮੇਰਾ ਗੇਨ ਹੋ ਜਾਂਦਾ ਹੈ ਲਾਈਕ 3-4 ਨਹੀਂ ਅਗਰ ਮੈਂ ਜਿਮ ਨਾ ਜਾਵਾਂ ਸੋ ਫਿਰ ਉਹ ਮੇਰਾ ਗੇਨ ਹੋ ਜਾਏਗਾ ਫਿਰ ਉਹਨਾਂ ਨੇ ਇਸ ਸੀਜ਼ ਦਾ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਆਪਾਂ ਅਗਰ ਸਾਡੇ ਕੋ ਕੱਟ ਟਾਈਮ ਪੀਰੀਅਡ ਹੈ ਮੈਮ ਨੇ ਬੋਲਤਾ ਹੈ ਅੱਛਾ ਮੇਰਾ ਹੁਣ ਸ਼ੂਟ ਹੈ ਤੇ ਇਸ ਸ਼ੂਟ ਦੇ ਵਿੱਚ ਸਾਨੂੰ ਰਿਡਿਊਸ ਕਰਨਾ ਹੈ ਸਾਡੇ ਕੋ ਇੰਨਾ ਲਿਮਿਟਿਡ ਟਾਈਮ ਹੈ ਸੋ ਮੇਰੀ ਡਾਈਟੀਸ਼ਨ ਉਹ ਸਾਬ ਨਾਲ ਮੈਨੂੰ ਡਾਈਟ ਬਣਾ ਦਿੰਦੇ ਨੇ ਤੇ ਟ੍ਰੇਨਰ ਉਹ ਸਾਬ ਨਾਲ ਟ੍ਰੇਨ ਕਰ ਦਿੰਦੇ ਨੇ ਇੱਕ ਡਾਈਟੀਸ਼ਨ ਤੋਂ ਡਾਈਟ ਲੈਣਾ ਕਿੰਨਾ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਆਈ ਹੈਵ ਮਾਈ ਡਾਈਟੀਸ਼ਨ ਮੋਨਾ ਸੋ ਉਹ ਉਹ ਕੈਨੇਡਾ ਰਹਿੰਦੇ ਨੇ ਤੇ ਉਹਨਾਂ ਦੇ ਉਹ ਉਹਨਾਂ ਨੂੰ ਕਿਉਂਕਿ ਨਾ ਉਹਨਾਂ ਨੂੰ ਨੋਲਿਜ ਬਹੁਤ ਜ਼ਿਆਦਾ ਇਸ ਚੀਜ਼ ਦੀ ਹੁੰਦੀ ਹੈ ਸਾਨੂੰ ਕੈਲਰੀਜ਼ ਦਾ ਪਤਾ ਨਹੀਂ ਹੁੰਦਾ ਕਿ ਅੱਛਾ ਇੰਨੀ ਕੈਲਰੀਜ਼ ਚਲੋ ਹੁਣ ਥੋੜਾ ਥੋੜਾ ਪਤਾ ਲੱਗਿਆ ਕਿ ਅਸੀਂ ਪੂਰੇ ਦਿਨ ਦੇ ਵਿੱਚ ਕਿੰਨੀਆਂ ਕੈਲਰੀਜ਼ ਇਨਟੇਕ ਕਰਨੀਆਂ ਤੇ ਉਹਨੂੰ ਕਿਵੇਂ ਜੇ ਕਰ ਲੈਣਾ ਹੈ ਹਣਾ ਸੋ ਉਹ ਚੀਜ਼ਾਂ ਮਤਲਬ ਉਹ ਬਣਾ ਕੇ ਭੇਜ ਦਿੰਦੇ ਨੇ ਸੋ ਉਹਨੂੰ ਮੈਂ ਕਈ ਵਾਰੀ ਹਿਡਨ ਚ ਚੀਟ ਮੀਲ ਕਰ ਲੈਣੀ ਆ ਬਟ ਉਹ ਮੈਂ ਇਹ ਮੇਰੀ ਉਹ ਹੈ ਸਚਾਈ ਹੈ ਕਿ ਮੈਂ ਉਹਨਾਂ ਨੂੰ ਦੱਸ ਵੀ ਦਿੰਨੀ ਆ ਕਿ ਮੇਰੇ ਕੋਲ ਇਹ ਚੀਟ ਹੋ ਗਿਆ ਸੀ ਨੈਕਸਟ ਜਿਹੜੀ ਡਾਈਟ ਉਹ ਸਟ੍ਰਿਕਟ ਬਣਾ ਦੇ ਉਹ ਬਿਲਕੁਲ OK ਠੀਕ ਹੈ ਸੋ ਇਹ ਚੀਜ਼ਾਂ ਉਹਦੇ ਨਾਲ ਮੈਨੇਜ ਹੋ ਜਾਂਦੀਆਂ ਪਰ ਡਾਈਟੀਸ਼ਨ ਯੈਸ ਆਫ ਕੌਰਸ ਤੁਹਾਡੀ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤੁਹਾਡਾ ਫੇਵਰਿਟ ਚੀਟ ਮੀਲ ਕੀ ਹੈ ਆ ਪੀਜ਼ਾ ਆਈ ਲਵ ਪੀਜ਼ਾ ਕਾਸਾ ਬੇਲਾ ਦਾ ਪੀਜ਼ਾ ਮੈਨੂੰ ਬਹੁਤ ਪਸੰਦ ਆ ਬਟ ਉਹ ਵੀ ਕਿਤਨਾ ਕਿਤੇ ਮੈਂ ਅਗਰ ਉਹਨੂੰ ਖਾ ਕੇ ਰਿਗਰਟ ਵੀ ਫੀਲ ਕਰਾਂ ਤੇ ਮੈਂ ਕਹਿ ਦਿੰਦੀ ਹੁੰਦੀ ਆ ਕਿ ਯਾਰ ਇਦਾਂ ਤੇ ਇਹ ਅ ਥੀਨ ਨਾਇਦਾ بیس ਹੈ ਨਾ ਤੇ ਇਹਦੇ ਉੱਪਰ ਵੈਜिज ਵੀ ਆ ਸੋ ਵੈਜिज ਵੀ ਮੈਨੂੰ ਮਿਲ ਗਿਆ ਸੋ ਮੈਂ ਆਪਣੇ ਆਪਣਾ ਬਲਾਸਾ ਦੇ ਦੇ ਬਲਾਸਾ ਦੇ ਲੈਣੀ ਹੈ ਯਾ ਬਟ ਆ ਜਸਟ ਲਵ ਪੀਜ਼ਾ ওকে ਤੇ ਜਦੋਂ ਨਹੀਂ ਜਾ ਪਾਂਦੇ ਜਿਮ ਤੇ ਫਿਰ ਕੰਪਨਸੇਟ ਕਰਨ ਲਈ ਕੀ ਕਰਦੇ ਹੋ ਆ ਐਕਚੁਅਲੀ ਜਦੋਂ ਆਪਾਂ ਸ਼ੂਟ ਤੇ ਜਦੋਂ ਮੈਂ ਜਾਂਦੀ ਆ ਉਦੋਂ ਮੈਂ ਕੀ ਕਰਦੀ ਹੁੰਨੀ ਅਗਰ ਮੈਂ ਵੈਨਿਟੀ ਚ ਹੁਵਾਂ ਨਾ ਤੇ ਮੈਨੂੰ ਪਤਾ ਹੈ ਕਿ ਹੁਣ ਮੈਨੂੰ ਇਹ ਲੱਗ ਰਿਹਾ ਕਿ ਮੈਨੂੰ ਇਸ ਸੀਨ ਦੇ ਵਿੱਚ ਪਤਲਾ ਲੱਗਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਮੈਂ ਟੀਮ ਨੂੰ ਤੇ ਕਹਿ ਦਿੰਨੀ ਆ ਕਿ ਦਰਵਾਜ਼ਾ ਬੰਦ ਕਰ ਦਿਓ ਮੇਰੀ ਵੈਨਿਟੀ ਦਾ ਬਟ ਮੈਂ ਅੰਦਰ ਹੀ ਐब्स ਲੈਣੇ ਸ਼ੁਰੂ ਕਰ ਦਿੰਦੀ ਆ ਸੋ ਮੈਨੂੰ ਹੁੰਦਾ ਕਿ ਮੈਂ ਅੰਦਰੋਂ ਆਈ ਮੈਂ ਫੀਲ ਕਰਾਂ ਕਿ ਯੈਸ ਕਿ ਮੈਂ ਕੁਝ ਵਰਕਆਊਟ ਕੀਤਾ ਹੈ ਠੀਕ ਹੈ ਔਰ ਕਈ ਵਾਰ ਇਹਦਾ ਹੁੰਦਾ ਕਿ ਤੜਕੋ ਮੌਕਾ ਹੁੰਦਾ ਹੈ ਡੂਰਿੰਗ ਸ਼ੂਟ ਇਦਾਂ ਹੁੰਦਾ ਹੈ ਕਿ ਮੈਂ ਮਾਰਨਿੰਗ ਕਰਕੇ ਚਲੀ ਜਾਨੀ ਆ ਕਿ ਤਾਂਕਿ ਉਹ ਚੀਜ਼ਾਂ ਜਿਹੜੀਆਂ ਕਿ ਆਪਾਂ ਕੈਲਰੀਜ਼ ਅਗਰ ਲਿੱਤੀਆਂ ਹੁੰਦੀਆਂ ਤੇ ਕਾਰਡੀਓ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਜਿਹੜੀਆਂ ਉਹ ਤੁਹਾਡੇ ਤੋਂ ਬਾਹਰ ਹੋ ਜਾਂਦੀਆਂ ਠੀਕ ਹੈ ਉਵੇਂ ਤੁਹਾਡਾ ਵਰਕਆਊਟ ਰਜਿਮ ਕੀ ਰਹਿੰਦਾ ਹੈ ਉਹ ਉਹ ਵੀ ਇਹ ਹੁੰਦਾ ਹੈ ਕਿ ਜਦੋਂ ਤਾਂ ਸ਼ੂਟ ਹੁੰਦਾ ਹੈ ਮੇਰਾ ਮੈਨੂੰ ਪਤਾ ਹੈ ਕਿ ਹੁਣ ਸ਼ੂਟ ਜਲਦੀ ਆਣ ਵਾਲਾ ਹੈ ਸੋ ਮੈਂ ਇੱਕ ਟਾਈਮ ਕਾਰਡੀਓ ਨੂੰ ਦੇ ਦਿੰਨੀ ਆ ਤੇ ਇੱਕ ਟਾਈਮ ਮੈਂ ਦੋ ਵਾਰ ਜਾਨੀ ਹੂੰ ਜਿਮ ਜਾਂ ਮੈਨੂੰ ਕਰਨਾ ਪੈਂਦਾ ਹੈ ਕਿਉਂਕਿ ਕਈ ਵਾਰੀ ਕਈਆਂ ਦਾ ਬਾਡੀ ਹੀ ਇਦਾਂ ਦੀ ਹੁੰਦੀ ਹੈ ਕਿ ਉਹਨੇ ਉਦਾਂ ਹੀ ਲੂਜ਼ ਔਰ ਗੇਨ ਹੋਣਾ ਸੋ ਮੇਰਾ ਬੜੀ ਜਲਦੀ ਗੇਨ ਹੋ ਜਾਂਦਾ ਹੈ ਸੋ ਇਸ ਲਈ ਉਹਨਾਂ ਦਿਨਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਸਟ੍ਰਿਕਟ ਹੋ ਜਾਂਦੇ ਆ ਤੇ ਮਾਰਨਿੰਗ ਵੀ ਜਿਮ ਜਾਂਦੇ ਆ ਸ਼ਾਮ ਨੂੰ ਵੀ ਬਟ ਜਿਹੜੇ ਐਕਸਰਸਾਈਜ਼ ਨੇ ਉਹ ਡਿਵਾਈਡ ਹੋ ਜਾਂਦੀਆਂ ਇੱਕ ਟਾਈਮ ਅਸੀਂ ਸਿਰਫ ਕਾਰਡੀਓ ਕਰਦੇ ਹਾਂ ਐਂਡ ਇੱਕ ਟਾਈਮ ਅਸੀਂ ਐਕਸਰਸਾਈਜ਼ ਕਰਦੇ ਹਾਂ ਠੀਕ ਹੈ ਤੁਹਾਡੇ ਦਿਨ ਦਾ ਫਰਸਟ ਮੀਲ ਕੀ ਹੁੰਦਾ ਹੈ ਆ ਫਰਸਟ ਮੀਲ ਨਹੀਂ ਹੁੰਦਾ ਫਰਸਟ ਡਰਿੰਕ ਹੁੰਦੀ ਹੈ ਮੇਰੇ ਯਾ ਕਈ ਵਾਰੀ ਉਹ ਲੈਮਨ ਵਿਦ ਹੌਟ ਵਾਟਰ ਹੁੰਦਾ ਹੈ ਕਈ ਵਾਰੀ ਅਸੀਂ ਅਜਵੈਨ ਔਰ ਜੀਰਾ ਔਰ ਸੌਂਫ ਦਾ ਪਾਣੀ ਹੁੰਦਾ ਹੈ ਉਹ ਤੁਹਾਡੀ ਬਾਡੀ ਲਈ ਬਹੁਤ ਗੁੱਡ ਹੁੰਦਾ ਉਹਦੇ ਨਾਲ ਇਹ ਹੁੰਦਾ ਹੈ ਕਿ ਜੇ ਤੁਸੀਂ ਚੀਟ ਮੀਲ ਵਗੈਰਾ ਕੁਝ ਖਾ ਲਿਆ ਹੁੰਦਾ ਸੋ ਉਹ ਚੀਜ਼ਾਂ ਉਹਦੇ ਨਾਲ ਕਵਰ ਅਪ ਹੋ ਜਾਂਦੀਆਂ ਠੀਕ ਹੈ ਤੇ ਉਸ ਤੋਂ ਬਾਅਦ ਬ੍ਰੇਕਫਾਸਟ ਲੰਚ ਤੇ ਡਿਨਰ ਚ ਕੀ ਲੈਣਾ ਪ੍ਰੇਫਰ ਕਰਦੇ ਹੋ ਆ ਜੋ ਮੇਰੀ ਡਾਈਟੀਸ਼ਨ ਮੋਨਾ ਨੇ ਲਿਖਿਆ ਹੁੰਦਾ ਹੈ ਕਈ ਵਾਰੀ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਨੇ ਹੁੰਦਾ ਹੈ ਕਿ ਵਿਦ ਐਗ ਐਗ ਵਿਦ ਬਰਾਊਨ ਬ੍ਰੈਡ ਪੋਹਾ ਹਨਾ ਉਹਦੇ ਨਾਲ ਇੱਕ ਵਾਰੀ ਮੈਂ ਸਟਾਰਟ ਅਪ ਕਰਦੀ ਆ ਦੈਨ ਫਰੂਟਸ ਵਿੱਚ ਵਿੱਚ ਲੈਣਾ ਲੈ ਲੈਂਦੀ ਆ ਮਿਡ ਮੀਲ ਹੋ ਗਿਆ ਤੇ ਬਦਾਮ ਲੈ ਲੈ ਵਿੱਚ ਤੇ ਡੀਟੌਕਸ ਵਾਟਰ ਵਿੱਚ ਵਿੱਚ ਲੈਂਦੇ ਰਹਿਣਾ ਆ ਇਹ ਜ਼ਰੂਰੀ ਆ ਮਤਲਬ ਪੂਰੇ ਦਿਨ ਦੇ ਵਿੱਚ 3 ਕਿ ਲੀਟਰ ਪਾਣੀ ਪੀਣਾ ਜ਼ਰੂਰੀ ਹੈ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ 3 ਕਿ ਲੀਟਰ ਪਾਣੀ ਪੀ ਲਾਂ ਤੇ ਉਹਦੇ ਲਈ ਫਿਰ ਮੈਂ ਪਹਿਲਾਂ ਮੈਨੂੰ ਮਤਲਬ ਪਤਾ じゃ ਨਹੀਂ ਲੱਗਦਾ ਸੀ ਫਿਰ ਮੈਂ ਇੱਕ ਬੋਟਲ ਜਾ ਰਹੀ ਇਦਾਂ ਦਾ ਲੈ ਲੈ ਕਿ ਮੈਨੂੰ ਪਤਾ ਲੱਗ ਜਾਂਦਾ ਓਕੇ ਕਿ ਕਿੰਨਾ ਪਾਣੀ ਪੀ ਲਿਆ ਹਾਂ ਕਿੰਨਾ ਪਾਣੀ ਪੀ ਲਿਆ ਸੋ ਇਹ ਜ਼ਰੂਰੀ ਨਹੀਂ ਇਹ ਚੀਜ਼ਾਂ ਬਹੁਤ ਤਾਂ ਹੀ ਤੁਸੀਂ ਗਲੋ ਕਰ ਸਕਦੇ ਤੁਸੀਂ ਫਿਟ ਰਹਿ ਸਕਦੇ ਹੋ ਇੰਟਰਨਲੀ ਵੀ ਸੋ ਫਿਰ ਚਿਕਨ ਕਿਉਂਕਿ ਮੈਂ ਨਾਨ ਵੇਜ ਖਾ ਲੈਂਨੀ ਹਾਂ ਸੋ ਚਿਕਨ ਸੈਲਡ ਮੈਂ 6 7 ਵਜੇ 8 ਵਜੇ ਤੱਕ ਡਿਨਰ ਹੋ ਜਾਂਦਾ ਹੈ ਓਕੇ ਉਸ ਤੋਂ ਬਾਅਦ ਤੁਸੀਂ ਨਹੀਂ ਖਾਉਨੇ ਕੁਝ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਮੈਂ ਨਾ ਖਾਵਾਂ ਕਿਉਂਕਿ ਅਗਰ ਤੁਸੀਂ ਹੈਲਥ ਵੱਲ ਧਿਆਨ ਦੇਣਾ ਸਾਨੂੰ ਕੁਝ ਟਾਈਮ ਲਈ ਉਹਨੂੰ ਕੰਪਲੀਟ ਕਰਨ ਲਈ ਇਹ ਪ੍ਰੋਸੈਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਚੀਜ਼ ਜੋ ਤੁਹਾਡੇ ਮੋਰੇ ਰੱਖ ਦਿੱਤੀ ਜਾਵੇ ਤੇ ਤੁਸੀਂ ਭਾਵੇਂ ਜਿੰਨੀ ਮਰਜ਼ੀ ਸਟ੍ਰਿਕਟ ਡਾਈਟ ਤੇ ਹੋ ਤੁਸੀਂ ਖਾ ਲੋਗੇ ਯਾ ਆਫ ਕੋਰਸ ਮੋਤੀ ਚੂਰ ਦਾ ਲੱਡੂ ਮੈਂ ਰਹਿ ਹੀ ਨਹੀਂ ਸਕਦੀ ਮੈਂ ਬਿਲਕੁਲ ਨਹੀਂ ਰਹਿ ਸਕਦੀ ਦੇਸੀ ਘਿਓ ਵਾਲਾ ਮੋਤੀ ਚੂਰ ਦਾ ਲੱਡੂ ਦੇਖ ਕੇ ਮੇਰੀ ਤੇ ਅੱਖਾਂ 'ਚ ਪਾਣੀ ਆ ਜਾਂਦਾ ਤੁਸੀਂ ਕਹਿ ਰਹੇ ਹੋ ਰਹਿਣ ਦੀ ਗੱਲ ਕਰ ਭਾਵੇਂ ਜਿੰਨੀ ਫਿਰ ਡਾਈਟੀਸ਼ੀਅਨ ਮੈਂ ਕਹਿੰਨੀ ਮੈਨੂੰ ਕੋਈ ਜਿੰਨਾ ਮਰਜੀ ਸਟ੍ਰਿਕਟ ਹੋਵੇ ਮੇਰੇ ਨਾਲ ਮੈਂ ਅਗਰ ਉਹ ਮੇਰੇ ਸਾਹਮਣੇ ਪਿਆ ਹੋਊਗਾ ਤੇ ਮੈਂ ਉਹਨੂੰ ਖਾ ਜਾਊਂਗੀ ਫਟਾਫਟ ਯੈਸ ਉਹਦੇ ਲਈ ਮੈਨੂੰ ਜਿੰਨਾ ਮਰਜੀ ਕਾਰਡੀਓ ਕਰਨਾ ਪਵੇ ਜਿੰਨਾ ਮਰਜੀ ਵਰਕਆਊਟ ਕਰਨਾ ਪਵੇ ਤੇ ਇੱਕ ਚੀਜ਼ ਜੋ ਤੁਸੀਂ ਕਿੱਥੋਂ ਵੀ ਖਾ ਸਕਦੇ ਹੋ ਇੰਨੀ ਪਸੰਦ ਹੈ ਇੰਨੀ ਪਸੰਦ ਹੈ ਜੋ ਮੈਂ ਕਿਤੋਂ ਵੀ ਖਾ ਸਕਦੀ ਹਾਂ ਮਤਲਬ ਪਾਵੇ ਰੇੜੀ ਹੋਵੇ ਪਾਵੇ ਕੁਝ ਪਾਵਾਜੀ ਪਾਵਾਜੀ ਯਾ ਪਾਵਾਜੀ ਐਂਡ ਦੋਸਾ ਹਾਂ ਤਾਂ ਆਡੀ ਕ੍ਰਾਂਟ ਵਰਕਆਊਟ ਪਲੇਲਿਸਟ ਦੇ ਟੌਪ 3 ਗਾਣੇ ਐਚਚੁਅਲੀ ਮੈਂ ਮੋਸਟਲੀ ਜ਼ਿਆਦਾ ਸਿੱਧੂ ਮੁਸੇਵਾਲੇ ਦੇ ਗਾਣੇ ਹੀ ਜਿਮ ਚਿਪ ਪ੍ਰਾਪਰ ਕਰਦੀ ਆ ਮੈਂ ਪਲੇਲਿਸਟ ਉਹਨਾਂ ਦੀ ਲਾ ਲੈਂਦੀ ਆ ਮੈਨੂੰ એનર્ਜੀ ਮਿਲਦੀ ਆ ਇੱਕ ਚੀਜ਼ ਜਿਸ ਦੀ ਕਲੈਕਸ਼ਨ ਕਰਨੀ ਤੁਹਾਨੂੰ ਬਹੁਤ ਪਸੰਦ ਹੈ ਬਲੈਕ ਮੈਟਲ ਜੁਐਲਰੀ ਮੈਨੂੰ ਬਹੁਤ ਪਸੰਦ ਆ ਕਿ ਮੈਨੂੰ ਅਗਰ ਮੈਂ ਕਿਤੇ ਜਾਵਾਂ ਤੇ ਮੈਂ ਸਭ ਤੋਂ ਪਹਿਲਾਂ ਇਹੀ ਦੇਖਦੀ ਆ ਕਿ ਉੱਥੇ ਬਲੈਕ ਮੈਟਲ ਜੁਐਲਰੀ ਕਿੱਥੇ ਪਈ ਆ ਸੋ ਮੈਨੂੰ ਹੁੰਦਾ ਕਿ ਮੈਂ ਉਹਦੀ ਕਲੈਕਸ਼ਨ ਕਰਾਂ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਸੂਟ ਕਰਦਾ ਹੈ ਮੈਨੂੰ ਅੱਛਾ ਲੱਗਦਾ ਸੋ ਨਾਉ ਕਮ ਫੈਸ਼ਨ ਤੁਸੀਂ ਜ਼ਿਆਦਾ ਕੰਫਰਟੇਬਲ ਕਿ ਐਕਚੁਅਲੀ ਇਟਸ ਡਿਪੈਂਡ ਅਪਨ ਕੇ ਤੁਸੀਂ ਕਿਦਾਂ ਦੀ ਜਗ੍ਹਾ ਤੇ ਜਾ ਰਹੇ ਹੋ ਜਾਂ ਕਿਦਾਂ ਦਾ ਮਾਹੌਲ ਹੈ ਸੋ ਮੈਨੂੰ ਇਹ ਲੱਗਦਾ ਕਿ ਬੀਂਗ ਅ ਐਕਟ੍ਰੈਸ ਤੁਹਾਨੂੰ ਹਰ ਇੱਕ ਲੁੱਕ ਦੇ ਵਿੱਚ ਤੁਸੀਂ ਅਡਜਸਟ ਹੋਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਕੈਰੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਉਹਨੂੰ ਕੈਰੀ ਕਰ ਲਓ ਉਸ ਚੀਜ਼ ਲਈ ਬਹੁਤ ਜ਼ਰੂਰੀ ਹੁਣ ਜੇ ਆਪਾਂ ਇੱਕ ਤਰ੍ਹਾਂ ਦਾ ਹੀ ਲੁੱਕ ਬਣਾਈ ਰੱਖਾਂਗੇ ਸੋ ਬੀਂਗ ਅ ਐਕਟ੍ਰੈਸ ਤੁਹਾਨੂੰ ਕਈ ਵਾਰੀ ਤੁਹਾਨੂੰ ਇਦਾਂ ਦੇ ਕੈਰੈਕਟਰਸ ਹੁੰਦੇ ਆ ਜਿਹਦੇ ਵਿੱਚ ਤੁਹਾਨੂੰ ਵੈਸਟਰਨ ਲੁੱਕ ਦੇ ਵਿੱਚ ਵੀ ਆਉਣਾ ਹੁੰਦਾ ਹੈ ਕੁਝ ਇਦਾਂ ਦੇ ਕੈਰੈਕਟਰਸ ਹੁੰਦੇ ਆ ਕਿ ਤੁਹਾਨੂੰ ਸੂਟਾਂ ਦੇ ਵਿੱਚ ਵੀ ਦਿਖਣਾ ਸੋ ਉਸ ਲੁੱਕ ਨੂੰ ਤੁਹਾਨੂੰ ਕੈਰੀ ਕਰਨਾ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਐਂਡ ਫਿਟਿੰਗਸ ਮੈਟਰ ਫਿਟਿੰਗਸ ਬਹੁਤ ਮੈਟਰ ਕਰਦੀਆਂ ਕਿ ਉਹ ਚੀਜ਼ ਦੇ ਵਿੱਚ ਤੁਸੀਂ ਫਿਟ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੋ ਤੁਹਾਡੇ ਕੋਲ ਜ਼ਿਆਦਾ ਵਾਰਡਰੋਬ ਚ ਕਿਹੜੇ ਕਿਹਦੀ ਕਲੈਕਸ਼ਨ ਜ਼ਿਆਦਾ ਹੈ ਵੈਸਟਰਨ ਯਾ ਟ੍ਰੈਡੀਸ਼ਨਲ ਆ ਐਕਚੁਅਲੀ ਮੈਜ਼ ਜਿਆਦਾ ਮੈਂ ਲੋਅਰਸ ਸ਼ਾਰਟਸ ਆ ਜਾਂ ਜਿਮਿੰਗ ਵਾਲਾ ਬਹੁਤ ਜ਼ਿਆਦਾ ਮੈਂ ਇਹ ਚੀਜ਼ਾਂ ਖਰੀਦੀਆਂ ਤੇ ਲੇਕਿਨ ਸੂਟਸ ਵੀ ਆ ਮਤਲਬ ਸੋ ਮਿਕਸ ਆ ਮਤਲਬ ਕਿ ਸਭ ਕੁਝ ਮਤਲਬ ਮੈਨੂੰ ਇਹ ਹੁੰਦਾ ਕਿ ਮੈਨੂੰ ਮੈਂ ਸਾਰੀ ਚੀਜ਼ਾਂ ਮੈਂ ਕੈਰੀ ਕਰਨਾ ਮੈਨੂੰ ਆਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਐਂਡ ਕਿਹੜਾ ਕਲਰ ਜ਼ਿਆਦਾ ਦੇਖਣ ਨੂੰ ਮਿਲਦਾ ਤੁਹਾਡੇ ਵਾਰਡਰੋਬ ਚ ਰੈਡ ਰੈਡ ਐਂਡ ਵਾਈਟ ওকে ਬਲੈਕ ਵੀ ਬਲੈਕ ਐਂਡ ਵਾਈਟ ਤੁਹਾਡਾ ਫੇਵਰਿਟ ਵਾਈਟ ਵਾਈਟ ওকে ਵਾਈਟ ਅండ్ ਫੈਸ਼ਨ ਦੇ ਮਾਮਲੇ ਚ ਤੁਸੀਂ ਕਿਹਨੂੰ ਫੋਲੋ ਕਰਦੇ ਹੋ ਆ ਫੈਸ਼ਨ ਦੇ ਮਾਮਲੇ ਮਾਮਲੇ ਚ ਮੈਨੂੰ ਆ ਸਬਿਆ ਸਾਚੀ ਆਈ ਜਸਟ ਲਵ ਮੈਨੂੰ ਉਹਨਾਂ ਦਾ ਟ੍ਰੈਡੀਸ਼ਨ ਦੇ ਵਿੱਚ ਵੀ ਉਹਨਾਂ ਦੀ ਰਾਇਲਨੈਸ ਇੰਨੀ ਕੁ ਜ਼ਿਆਦਾ ਪਸੰਦ ਆ ਐਂਡ ਆ ਜਸਟ ਲਵ 1469 ਬ੍ਰਾਂਡ ਉਹਨਾਂ ਦੀ ਕਪੜੇ ਦੀ ਕੁਆਲਿਟੀ ਉਹਨਾਂ ਦੀ ਟੀ-ਸ਼ਰਟਸ ਜਾਂ ਉਹਨਾਂ ਦਾ ਕੁਝ ਵੀ ਐਥਨਿਕਾ ਜਾਂ ਹਨਾ ਕੁਝ ਵੀ ਇਦਾਂ ਦਾ ਉਹ ਮੈਨੂੰ ਬਹੁਤ ਵਧੀਆ ਲੱਗਦਾ ਹੈ ਸੋ ਮੈਨੂੰ ਵਧੀਆ ਲੱਗਦਾ ਹੈ ਉਹਨਾਂ ਦੇ ਕੱਪੜੇ ਪਾਉਣ ਐਂਡ ਜਿਵੇਂ ਐਕਟਰ ਜਾਂ ਕਿਸੇ ਐਕਟ੍ਰੈਸ ਦੀ ਗੱਲ ਕਰਾਂ ਉਹਨਾਂ ਵਿੱਚੋਂ ਕਿਸੇ ਨੂੰ ਫੋਲੋ ਕਰਦੇ ਹੋ ਤੁਸੀਂ ਯਾ ਆਫਕੋਰਸ ਆ ਜਸਟ ਲਵ ਸੋਨਮ ਬਾਜਵਾ ਉਹਨਾਂ ਦੀ ਮੈਨੂੰ ਡ्रेसਿੰਗ ਸੈਂਸ ਬਹੁਤ ਵਧੀਆ ਲੱਗਦੀ ਹੈ ਉਹ ਕੈਰੀ ਬਹੁਤ ਹੀ ਬਿਊਟੀਫੁਲੀ ਕਰਦੇ ਨੇ ਸੋ ਉਹ ਮੈਂ ਬਹੁਤ ਇਨਸਪਾਇਰਡ ਹਾਂ ਨਾ ਤੁਸੀ ਸ਼ੂਜ਼ ਤੇ ਜ਼ਿਆਦਾ ਕੰਫਰਟੇਬਲ ਕਿਹੜੇ ਕੱਪੜਿਆਂ 'ਚ ਰਹਿੰਦੇ ਹੋ ਲੋਅਰ ਐਂਟੀਅਰ ਲੋਅਰ ਐਂਟੀਅਰ ਸ਼ਰਟਸ ਮਤਲਬ ਸਪੋਰਟਸਵੇਅਰ ਮਤਲਬ ਆਈ ਪ੍ਰਿਫਰ ਸਪੋਰਟਸਵੇਅਰ ਸ਼ੂਜ਼ ਸੋ ਬਸ ਆਮ ਸ਼ੂ ਗਰਲ ਠੀਕ ਹੈ ਆਮ ਨਾਟ ਹੀਲ ਗਰਲ ਬਟ ਆ ਵਾਂਟ ਕਿ ਮੈਂ ਉਸ ਚੀਜ਼ ਨੂੰ ਵੀ ਕੈਰੀ ਕਰਨਾ ਹੋਂਡ ਕਰ ਲਾਂ ਯਾ ਠੀਕ ਹੈ ਐਂਡ ਸਟਾਈਲ ਦੇ ਮਾਮਲੇ 'ਚ ਕਿਹੜੀਆਂ ਐਸੀਆਂ ਚੀਜ਼ਾਂ ਨੇ ਜੋ ਤੁਸੀਂ ਹਮੇਸ਼ਾ ਆਪਣੇ ਨਾਲ ਕੈਰੀ ਕਰਦੇ ਹੋ ਸਟਾਈਲ ਦੇ ਮਾਮਲੇ ਦੇ ਵਿੱਚ ਮੇਕਅਪ ਨੂੰ ਲੈ ਕੇ ਕਿ ਜਿਵੇਂ ਕੁਝ ਮੇਕਅਪ ਨੂੰ ਲੈ ਕੇ ਫੈਸ਼ਨ ਨੂੰ ਲੈ ਕੇ ਜਿਵੇਂ ਲੋਕਾਂ ਨੂੰ ਆਦਤ ਹੁੰਦੀ ਹੈ ਪਰਫਿਊਮ ਕੈਰੀ ਕਰਨ ਦੀ ਜਾਂ ਕੁਝ ਆਈ ਹੈਵ ਮਾਈ ਟਿਨੀ ਬੈਕਪੈਕ ਛੋਟਾ ਜਿਹਾ ਹੋ ਤੇ ਮੈਂ ਬੁਡਾਪੇਸਟੋਂ ਲਿੱਤਾ ਸੀਗਾ ਸੋ ਉਹਦੇ ਵਿੱਚ ਮੇਰੀ ਲਾਈਕ ਜਿਹੜੇ ਲਾਈਕ ਲਿਪ ਬਾਮ ਹੋਗੇ ਹਨਾ ਜਾਂ ਲਿਪ ਟਿੰਟ ਹੋ ਗਿਆ ਲਿਪ ਟਿੰਟ ਐਂਡ ਲਿਪ ਬਾਮ ਆਲਵੇਸ ਵਿਦ ਮੀ ਹਨਾ ਮੇਰੇ ਬੈਕਪੈਕ ਚ ਹੋਏਗਾ ਐਂਡ 1 ਡੀਓ ਹੋਏਗਾ ਇੱਕ ਤੇ ਉਹ ਚੀਜ਼ਾਂ ਇੱਕ ਇੱਕ ਮੇਰੇ ਆਰਬਿਟ ਹੋਏਗੀ ਦੈਟਸ ਇਟ ਇਹਨੂੰ ਚੀਜ਼ ਨੂੰ ਮੈਂ ਨਾਲ ਕੈਰੀ ਕਰਨਾ ਹੀ ਕਰਨਾ ਹੈ ਜੋ ਮਰਜ਼ੀ ਹੋ ਜੇ ਤੇ ਅਗਰ ਮੈਂ ਕਿਤੇ ਹਿੱਲਸ ਪਾ ਕੇ ਜਾ ਰਹੀਆਂ ਜਾਂ ਕੁਝ ਵੀ ਨਾਲ ਮੇਰੇ ਸ਼ੂਜ਼ ਨਾਲ ਜ਼ਰੂਰ ਹੋਣਗੇ ਕਿ ਜਦੋਂ ਮੈਂ ਆਪਣਾ ਆਰਾਮ ਨਾਲ ਬੈਠ ਜਾ ਆਪਣੀ ਕਾਰ ਚ ਬੈਠ ਜਾ ਤਦ ਮੈਂ ਨੋਰਮਲ ਆਪਣੇ ਸ਼ੂਜ਼ ਐਂਡ ਸਲੀਪਰਸ ਚ ਹੋ ਜਾਣੀਆਂ ਹੈ ਐਂਡ ਤੁਹਾਡੀ ਲੁੱਕ ਨਾਲ ਜੁੜੀ ਕਿਹੜੀ ਚੀਜ਼ਾਂ ਤੇ ਤੁਸੀਂ ਕਦੇ ਕੰਪਰੋਮਾਈਜ਼ ਨਹੀਂ ਕਰਦੇ ਕਿ ਆ ਚੀਜ਼ ਪਰਫੈਕਟ ਹੋਣੀ ਹੀ ਹੋਣੀ ਚਾਹੀਦੀ ਹੈ ਮਾਈ ਆਈਜ਼ ওকে ਮੈਂ ਆਪਣੀ ਆਈਜ਼ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕਰਦੀ ਮੇਰਾ ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਹੁੰਦੀ ਹੈ ਉਹ ਤੁਹਾਡਾ ਆਈ ਕੰਟੈਕਟ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਸੋ ਤੁਸੀਂ ਤੁਹਾਡੀਆਂ ਅੱਖਾਂ ਬੋਲਣੀਆਂ ਚਾਹੀਦੀਆਂ ਸੋ ਜਦੋਂ ਤੁਹਾਡੀਆਂ ਅੱਖਾਂ ਹੀ ਦੇਖ ਰਿਆ ਸੋ ਯੂ ਹੈਵ ਟੂ ਬੀ ਹਨਾ ਤਨੋ ਉਸ ਸੀਜ਼ ਨੂੰ ਲੈ ਕੇ ਪ੍ਰਪੇਅਰ ਹੋਣਾ ਬਹੁਤ ਜ਼ਰੂਰੀ ਹੈ ਇਵਨ ਮੇਰੇ ਮੇਕਅਪ ਆਰਟਿਸਟ ਵੀ ਜਦੋਂ ਮੇਕਅਪ ਕਰਦੇ ਆ ਮੈਂ ਉਹਨਾਂ ਨੂੰ ਇਹੀ ਜ਼ਰੂਰ ਕਹਿੰਨੀ ਆ ਕਿ ਤੁਸੀਂ ਅੱਖਾਂ ਤੇ ਆਪਣਾ ਫੋਕਸ ਰੱਖਣਾ ਬਹੁਤ ਜ਼ਰੂਰੀ ਆ ਕਿਉਂਕਿ ਮੈਨੂੰ ਆਪਣੀਆਂ ਅੱਖਾਂ ਨਾਲ ਬਹੁਤ ਪਿਆਰ ਆ ਠੀਕ ਯਾ ਐਂ ਤੁਹਾਡੀ ਪਰਸਨੈਲਿਟੀ ਵਿੱਚੋਂ ਤੁਹਾਨੂੰ ਸਭ ਤੋਂ ਜ਼ਿਆਦਾ ਕੰਪਲੀਮੈਂਟਸ ਕਿਹੜੀ ਚੀਜ਼ ਤੇ ਮਿਲਦੇ ਨੇ ਆ नो पर्सनालिटी चौ हां मैं अपनी तारीफ कर रहा हूं नो कुछ ता मेनू ज्यादातर रे केहंदे कि सानू ਤੁਹਾਡੇ ਥੀਤ ਬਹੁਤ ਅੱਛੇ ਲੱਗਦੇ ਤੁਹਾਡੀ ਸਮਾਈਲ ਬਹੁਤ ਅੱਛੀ ਲੱਗਦੀ ਬਟ ਆਈਸ ਦੇ ਬਹੁਤ ਕਮਪਲੀਮੈਂਟ ਮਿਲਦੇ ਨੇ ওকে ਨਾਉ ਕਮਸ ਰੈਪਿਡ ਫਾਇਰ ਕੁਇਕ ਕਵੈਸ਼ਨਸ ਐਂਡ ਕੁਇਕ ਆਨਸਰਸ ਜੇ ਤੁਹਾਨੂੰ ਮੌਕਾ ਮਿਲੇ ਕਿਸੇ ਵੀ ਸੈਲੀਬ੍ਰਿਟੀ ਦਾ ਇੰਟਰਵਿਊ ਕਰਨ ਦਾ ਤੇ ਉਹ ਕੌਣ ਹੋਏਗਾ ਤੇ ਕਿਹੜਾ ਇੱਕ ਕੁਐਸ਼ਨ ਤੁਸੀਂ ਪੁੱਛਣਾ ਚਾਹੋਗੇ ਆ ਜੇ ਮੈਨੂੰ ਮੌਕਾ ਮਿਲੇ ਤੇ ਉਸ ਤਿੰਦਰ ਸਰਤਾਜ ਜੀ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੂੰਗੀ ਕਿ ਤੁਸੀਂ ਜੋ ਇੰਨਾ ਵਧੀਆ ਲਿਖਦੇ ਹੋ ਤੁਸੀਂ ਕਿੰਨਾ ਜੋ ਇਨਸਪਾਇਰਡ ਹੋ ਹਾਂ ਹਾਂ ਸੋ ਤੁਹਾਨੂੰ ਕੌਣ ਇਨਸਪਾਇਰ ਕਰਦਾ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੂੰਗੀ ਠੀਕ ਹੈ ਐਕਟਿੰਗ ਤੋਂ ਇਲਾਵਾ ਤੁਹਾਡਾ ਇੱਕ ਹੋਰ ਸ਼ੌਂਕ ਕੁਕਿੰਗ ਕੁਕਿੰਗ ਆਈ ਲਵ ਕੁਕਿੰਗ ਤੁਹਾਡੀ ਫੇਵਰਿਟ ਮਾਡਲ ਤੇ ਫੇਵਰਿਟ ਐਕਟ੍ਰੈਸ ਫੇਵਰਿਟ ਐਕਟ੍ਰੈਸ ਮੇਰੇ ਪੰਜਾਬੀ ਇੰਡਸਟਰੀ ਦੇ ਪੰਜਾਬੀ ਆ ਬਾਲੀਵੁੱਡ ਯਾ ਪੰਜਾਬੀ ਇੰਡਸਟਰੀ ਚ ਫੇਵਰਿਟ ਐਕਟ੍ਰੈਸ ਮੇਰੇ ਆ ਨੀਰੂ ਮੈਮ ਨੇ ਨੀਰੂ ਬਾਜਵਾ ਮੈਮ ओके ਤੇ ਬਾਲੀਵੁੱਡ ਦੇ ਵਿੱਚ ਮੇਰੇ ਆ ਆਲਿਆ ਭਟਾ ਆ ਜਸ ਲਵ ਆਲਿਆ ਭਟ OK ਐਂਡ ਫੇਵਰਿਟ ਮਾਡਲ ਐਂਡ ਫੇਵਰਿਟ ਮਾਡਲ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਹਿਮਾਂਸ਼ ਕੁਰਾਣਾ OK ਫੇਵਰਿਟ ਐਕਟਰ ਫੇਵਰਿਟ ਐਕਟਰ ਹਾਂ ਪੰਜਾਬੀ ਇੰਡਸਟਰੀ ਚ ਕਰਤਾਰ ਚੀਮਾ OK ਫੇਵਰਿਟ ਬਾਲੀਵੁੱਡ ਦੇ ਵਿੱਚ ਬਾਲੀਵੁੱਡ ਚ ਵੀ ਹਾਂ ਆਇਸ਼ਮਾਨ ਖੁਰਾਨਾ OK ਫੇਵਰਿਟ ਸਿੰਗਰ ਐਂਡ ਉਹ ਦਾ ਫੇਵਰਿਟ Song ਫੇਵਰਿਟ ਸਿੰਗਰ ਆਫ ਕਾਸ ਮੇਰੇ ਅਸਪਿੰਦ ਸਰਤਾਜ ਜੀ ਨੇ ਸੋ ਉਹਨਾਂ ਦਾ ਮੇਰਾ ਇੱਕ ਤਾਂ ਵੈਸੇ ਮੈਂ ਗਾਣਾ ਕੀਤਾ ਵੀ ਉਹਨਾਂ ਦੇ ਨਾਲ ਬਟ ਮੇਰਾ ਫੇਵਰਿਟ ਗਾਣਾ ਜਿਹੜਾ ਮਾਸੂਮੀਅਤ ਆ ਠੀਕ ਹੈ ਐਨੀ ਕ੍ਰੇਜ਼ੀਸਟ ਥਿੰਗ ਜੋ ਤੁਸੀਂ ਫਰੈਂਡਸ਼ਿਪ ਚ ਆ ਕੇ ਕਿਸੇ ਲਈ ਕੀਤੀ ਹੋਵੇ ਜਾਂ ਫਿਰ ਕਿਸੇ ਨੇ ਤੁਹਾਡੇ ਲਈ ਕੀਤੀ ਹੋਵੇ ਫਰੈਂਡਸ਼ਿਪ ਚ ਆ ਕੇ ਹਮ ਫਰੈਂਡਸ਼ਿਪ ਚ ਆ ਕੇ ਹਾਂ ਜਦੋਂ ਮੈਂ ਹੋਸਟਲ ਚ ਰਹਿੰਦੀ ਸੀਗੀ ਤੁਹਾਨੂੰ ਪਤਾ ਉੱਥੇ ਬਹੁਤ ਸਾਰੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਕਦੀ ਨਹੀਂ ਭੁੱਲ ਸਕਦੇ ਸੋ ਮੇਰੀ ਫਰੈਂਡ ਆ ਮੇਰੀ ਬੈਸਟ ਫਰੈਂਡ ਆ ਗੀਤਾਂਜਲੀ ਓਕੇ ਉਹਨੂੰ ਹਾਰਰ ਫਿਲਮਸ ਦੇਖਣਾ ਬਹੁਤ ਜ਼ਿਆਦਾ ਪਸੰਦ ਨਹੀਂ ਆ ਮਤਲਬ ਉਹਨੂੰ ਉਹਨੂੰ ਡਰ ਲੱਗਦਾ ਬਹੁਤ ਬਟ ਆਈ ਜਸਟ ਲਵ ਹਾਰਰ ਮੂਵੀਜ਼ ਸੋ ਬਟ ਉਹ ਮੇਰੀ ਬੈਸਟ ਫਰੈਂਡ ਆ ਸੋ ਮੈਂ ਉਹਨੂੰ ਕਿਹਾ ਕਿ ਦੇਖ ਤੈਨੂੰ ਆਪਣੀ ਬੈਸਟ ਫਰੈਂਡ ਦਾ ਉਹ ਆ ਹਣਾ ਕਿ ਫਿਰ ਤੂੰ ਕਾਦਾ ਪਿਆਰ ਆ ਤੇਰਾ ਮੇਰੇ ਨਾਲ ਤੈਨੂੰ ਮੇਰੇ ਨਾਲ ਰਾਤ ਨੂੰ ਦੇਖਣੀ ਹੀ ਪੈਣੀ ਹੈ ਮਤਲਬ ਤੈਨੂੰ ਹਾਰਰ ਮੂਵੀ ਮੇਰੇ ਨਾਲ ਦੇਖਣੀ ਪੈਣੀ ਉਹ ਥੋੜੀ ਨਾਲੇ ਥੋੜੀ ਪੜਾਕੂ ਬਹੁਤ ਜ਼ਿਆਦਾ ਹੈ ਠੀਕ ਹੈ ਸੋ ਫਿਰ ਉਹ ਕੰਪਰੋਮਾਈਜ਼ ਕਰਦੀ ਹੋ ਆਪਣੇ ਆਪ ਨਾਲ ਕਿ ਯਾਰ ਮੈਂ ਟਾਈਮ ਦਾ ਥੋੜਾ ਜਿਹਾ ਕਰ ਲੂੰਗੀ ਤੇ ਬਟ ਪਰ ਮੈਨੂੰ ਹੁੰਦਾ ਕਿ ਮੇਰੇ ਨਾਲ ਬੈ ਕੇ ਵੇਖੇ ਕਿਉਂਕਿ ਫਿਰ ਉਹਨੇ ਡਰਨਾ ਹੁੰਦਾ ਫਿਰ ਅਸੀਂ ਜਦੋਂ ਆਪਾਂ ਕਿਸੇ ਫਰੈਂਡ ਦੇ ਰੂਮ ਚ ਦੇਖਦੇ ਸੀਗੇ ਫਿਰ ਜਦੋਂ ਉਹਨੇ ਮੈਨੂੰ ਆਪਣੇ ਰੂਮ ਚ ਲੈ ਕੇ ਜਾਣਾ ਫਿਰ ਰਾਤ ਨੂੰ ਉਹਦਾ ਜਿਹੜਾ ਡਰਦਾ ਆ ਮੈਨੂੰ ਜਫੀ ਪਾਣਾ ਆ ਉਹ ਚੀਜ਼ ਦਾ ਮੈਨੂੰ ਬਹੁਤ ਮ ਮੈਂ ਫ੍ਰੀ ਟਾਈਮ ਦੇ ਵਿੱਚ ਨੈਟਫਲਿਕਸ ਦੇਖਦੀ ਆ ਮੈਂ ਹੋਰ ਹੋਰ ਸਾਡੇ ਤੇ ਬਾਲੀਵੁੱਡ ਸਿਨੇਮਾ ਹੁੰਦਾ ਆ ਜਾਂ ਫਿਰ ਆਪਣਾ ਪੰਜਾਬੀ ਸਿਨੇਮਾ ਆ ਲੇਕਿਨ ਮੈਂ ਤੁਰਕਿਸ਼ ਸਿਨੇਮਾ ਵੀ ਦੇਖਦੀ ਆ ਸੋ ਮੈਂ ਜ਼ਿਆਦਾਤਰ ਸਿਨੇਮਾ ਜਿਹੜਾ ਨੈਟਫਲਿਕਸ Amazon Prime ਤੇ ਉਹ ਦੇਖਣਾ ਪ੍ਰੇਫਰ ਕਰਦੀ ਆ ਤੁਹਾਨੂੰ ਸਭ ਤੋਂ ਜ਼ਿਆਦਾ ਡਰ ਕਿਸ ਚੀਜ਼ ਤੋਂ ਲੱਗਦਾ ਉਮ ਜਦੋਂ ਮੈਂ ਕੋਈ ਐਕਸਪੈਰੀਮੈਂਟ ਕੀਤਾ ਹੋਵੇ ਆਪਣੇ ਆਪ ਨਾਲ ਸਾਹਮਣੇ ਵਾਲੇ ਨੂੰ ਠੀਕ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਮੈਨੂੰ ਉਸ ਗੱਲ ਨੂੰ ਲੈ ਕੇ ਬਹੁਤ ਡਰ ਲੱਗਦਾ ਹੈ ਕਿ ਜੇ ਮੈਨੂੰ ਮਾੜਾ ਜਾ ਵੀ ਕੋਈ ਹਿੰਟ ਵੀ ਦੇ ਦੇ ਜਾਂ ਮਾੜਾ ਜਾ ਥੋੜਾ ਜਾ ਵੀ ਕੋਈ ਕੰਪਲੀਮੈਂਟ ਦੇ ਦੇਣਾ ਅੰਦਰੋਂ ਤੇ ਮੈਂ ਭੰਗੜੇ ਭਾਂ ਲੱਗ ਜਾਂਦੀ ਆ ਕਿ ਯਾਰ ਠੀਕ ਆ ਓਕੇ ਆ ਵਧੀਆ ਲੱਗ ਰਹੀ ਆ ਠੀਕ ਹੈ ਬਚਪਨ ਦੀ ਇੱਕ ਚੀਜ਼ ਜੋ ਹਲੇ ਤੱਕ ਤੁਸੀਂ ਸੰਭ ਕੇ ਰੱਖੀ ਹੋਈ ਹੈ ਆਪਣੇ ਆਪ 'ਚ ਕਿ ਕੁਝ ਕੁਝ ਚੀਜ਼ ਜਾਂ ਫਿਰ ਕੋਈ ਇਹੋ ਜਿਹੀ ਆਦਤ ਜੋ ਤੁਹਾਨੂੰ ਹੋਵੇ ਕਿ ਅੱਛਾ ਬਚਪਨ 'ਚ ਵੀ ਸੀਗੀ ਹੁਣ ਵੀ ਹੈਗੀ ਹੈ ਆ ਪਚਪਨਾ ਜਾਂ ਕਦੇ-ਕਦੇ ਉਹ ਮੇਰੇ ਚ ਆ ਜਾਂਦਾ ਹੈ ਉਹ ਮੇਂ ਚੀਜ਼ ਨੂੰ ਕਦੇ ਵੀ ਮੈਨੂੰ ਇਹ ਲੱਗਦਾ ਕਿ ਉਹ ਜਿਹੜੀ ਇੱਕ ਸਾਡੀ ਮਾਸੂਮੀਅਤ ਮਾਸੂਮੀਅਤ ਤਾਂ ਹੁੰਦੀ ਹੈ ਨਾ ਤੁਹਾਡੇ ਅੰਦਰ ਨੇਚਰਲੀ ਹੁੰਦੀ ਆ ਉਹਨੂੰ ਕਦੇ ਵੀ ਖਤਮ ਨਹੀਂ ਕਰਨਾ ਚਾਹੀਦਾ ਸੋ ਇਹ ਚੀਜ਼ਾਂ ਹੁੰਦੀਆਂ ਕਿ ਮੇਰੇ ਪੇਰੈਂਟਸ ਜਾਂ ਮੇਰੇ ਰਿਲੇਟਿਵਸ ਮੇਰੇ ਮਾਸੀਆਂ ਭੂਇਆਂ ਉਹ ਮੈਨੂੰ ਹਲੇ ਵੀ ਕਹਿਣਗੇ ਮੇਰਾ ਘਰ ਦਾ ਨਾਮ ਮਨੂ ਆ ਕਿ ਮਨੂ ਤੂੰ ਹਲੇ ਓਵੇਂ ਨਹੀਂ ਆ ਤੂੰ ਹੀ ਸਾਡੀ ਛੋਟੀ ਜੀ ਮਨੂ ਆ ਸੋ ਜੋ ਤੁਹਾਨੂੰ ਇਹ ਗੱਲ ਕਹਿ ਰਹੇ ਸੋ ਉਸ ਚੀਜ਼ ਨੂੰ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਉਹ ਫਲੇਵਰ ਹਮੇਸ਼ਾ ਰੱਖਣਾ ਚਾਹੀਦਾ ਸੋ ਆਪਣਾ ਬਚਪਨਾ ਕਦੀ ਨਹੀਂ ਖੋਣਾ ਚਾਹੀਦਾ ਤੁਹਾਨੂੰ ਸੋ ਇਹ ਮਨੂ ਤੋਂ ਸਾਵਨ ਕਿਵੇਂ ਹੋਇਆ ਵੈਸੀ ਮੇਰਾ ਨਾਮ ਨੂੰ ਕਰਦਾ ਨਾ ਹੈ ਮਨੂ ਮੇਰਾ ਕਰਦਾ ਨਾਮ ਹੈ ਆ ਕਿ ਮੈਂ ਰੱਖਿਆ ਮੈਂ ਸੌਣ ਦੇ ਮਹੀਨੇ ਚ ਹੋਈ ਆ ਤੇ ਘਰ ਹੋਈ ਆ ਸੋ ਮੇਰੇ ਕਰੇ ਜਦੋਂ ਮੈਂ ਹੋਈ ਸੀਗੀ ਤੇ ਉਦੋਂ ਮੀ ਬਹੁਤ ਜ਼ਿਆਦਾ ਪਿਆਸ ਸੀਗਾ ਇੰਨਾ ਮੀ ਪਿਆਸ ਸੀਗਾ ਕਿ ਮਮ ਨੂੰ ਘਰੋਂ ਬਾਹਰ ਲੈ ਕੇ ਨਹੀਂ जाया ਗਿਆ ਸੋ ਮੈਂ ਕਰੇ ਹੀ ਹੋਈ ਆ ਤੇ ਸਾਰਿਆਂ ਨੇ ਇਹ ਕਹਿਤਾ ਕਿ ਮਤਲਬ ਕਿਹਾ ਤਾਂ ਸੌਣ ਹੀ ਲੈ ਆਈ ਤੇ ਫਿਰ ਮम्मा ਕਹਿੰਦੇ ਮੈਂ ਆਪਣੀ ਬੇਟੀ ਦਾ ਨਾਮ ਸਾਵਨ ਰੱਖਣਾ ਸੋ ਫਿਰ ਮਨੂ ਛੋਟਾ ਨਾਮ ਰੱਖਿਆ ਠੀਕ ਹੈ ਠੀਕ ਹੈ ਇੱਕ ਆਦਤ ਜੋ ਤੁਹਾਨੂੰ ਆਪਣੀ ਮਾਸਾ ਕਿ ਵੀ ਪਸੰਦ ਨਹੀਂ ਹੈਗੀ ਮਾਸਾ ਵੀ ਨਹੀਂ ਬਸ ਥੋੜੀ ਜਿਹੀ ਵੀ ਨਹੀਂ ਪਸੰਦ ਆਇਆ ਇਹ ਹਾਂ ਆ ਕਈ ਵਾਰੀ ਮੈਂ ਬਹੁਤ ਜ਼ਿਆਦਾ ਬੋਲ ਜਾਂਦੀ ਹਾਂ ਉਹ ਮੇਰੇ ਬਿਲਕੁਲ ਨਹੀਂ ਪਸੰਦ ਆਉਂਦਾ ਤੁਸੀਂ ਸਵੇਰੇ ਉੱਠਣ ਵਾਲਿਆਂ ਚੋਂ ਜਾਂ ਸਵੇਰੇ ਛੇਤੀ ਉੱਠਣ ਵਾਲਿਆਂ ਚੋਂ ਜਾਂ ਰਾਤੀ ਲੇਟ ਸੌਣ ਵਾਲਿਆਂ ਚੋਂ ਅੱਜ ਕੱਲ ਤਾਂ ਰਾਤੀ ਲੇਟ ਹੋ ਰਿਹਾ ਹੈ ਓਕੇ ਤੇ ਰਾਤੀ ਲੇਟ ਸੋਕੇ ਔਰ ਸਵੇਰੇ ਜਲਦੀ ਉੱਠਣਾ ਪੈਂਦਾ ਜਦੋਂ ਤੁਹਾਡੇ ਸ਼ੂਟਸ ਹੁੰਦੇ ਜਾਂ ਤੁਸੀਂ ਬਿਜ਼ੀ ਹੁੰਦੇ ਹੋ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਸਵੇਰੇ ਜਲਦੀ ਉੱਠਣਾ ਉੱਠਣ ਦੇ ਨਾਲ ਤੁਸੀਂ ਫਰੈਸ਼ ਬਹੁਤ ਜ਼ਿਆਦਾ ਫੀਲ ਕਰਦੇ ਹੋ ਥੋੜਾ ਜਿਹਾ ਤੇ ਔਖਾ ਹੁੰਦਾ ਹੈ ਥੋੜੇ ਟਾਈਮ ਲਈ ਤੁਹਾਨੂੰ ਟਫ ਲੱਗਦਾ ਹੈ ਬਟ ਇੰਨੀਆਂ ਪੋਜ਼ਿਟਿਵ ਵਾਈਬਸ ਤੁਹਾਡੇ ਅੰਦਰ ਆ ਜਾਂਦੀਆਂ ਸਵੇਰੇ ਜਲਦੀ ਉੱਠਣ ਦੇ ਨਾਲ ਕਿ ਤੁਸੀਂ ਤੁਹਾਡਾ ਸਾਰਾ ਦਿਨ ਜਿਹੜਾ ਫਰੈਸ਼ ਨਿਕਲਦਾ ਤੁਸੀਂ ਐਕਟਿਵ ਰਹਿੰਦੇ ਹੋ ਸੋ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਮਾਰਨਿੰਗ ਜਲਦੀ ਉੱਠਣਾ ਮਤਲਬ ਸਨ ਜਦੋਂ ਨਿਕਲਦਾ ਹੈ ਉਦੋਂ ਤੁਹਾਡਾ ਉੱਠਣਾ ਤੁਹਾਡਾ ਪੂਰਾ ਦਿਨ ਜਿਹੜਾ ਹੈ ਹੋ ਜਾਂਦਾ ਹੈ ਠੀਕ ਹੈ ਥੈਂਕ ਯੂ ਸੋ ਮਚ ਸਾਵਨ ਥੈਂਕ ਯੂ ਐਂਡ ਥੈਂਕ ਯੂ ਫॉर ਵਾਚਿੰਗ ਆਰ ਸ਼ੋ ਸਸ਼੍ਰੀ ਕਾਂ ਸਸ਼੍ਰੀ ਕਾਂ